ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੋ ਵਾਰ ਰਿਕੁਐਸਟ ਕਰ ਰਿਹਾ ਤੀਸਰੀ ਵਾਰੀ ਫਿਰ ਰਿਕੁਐਸਟ ਕਰ ਰਿਹਾ ਤੁਸੀਂ ਰੋਡ ਨੂੰ ਖਾਲੀ ਕਰ ਦਿਓ ਟ੍ਰੈਫਿਕ ਨੂੰ ਚਲਦਾ ਕਰ ਦਿਓ ਕੋਰੋਨਾ ਵਾਇਰਸ ਦੀ ਮਹਾਮਾਰੀ ਹੈ ਤੁਸੀਂ ਇਸ ਰੋਡ ਨੂੰ ਇੰਨਾ ਜਿੰਨਾ ਜ਼ਿਆਦਾ ਕੱਟ ਕੀਤਾ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਣੀ ਹੈ ਬਾਰ ਬਾਰ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਇਸ ਕੱਟ ਨੂੰ ਖਤਮ ਕਰ ਦਿਓ ਤਮਾਸ਼ਾ ਨਾ ਦੇਖੋ ਟ੍ਰੈਫਿਕ ਨੂੰ ਚਲਦਾ ਕਰ ਦਿਓ ਕਰੀਬ ਇੱਕ ਘੰਟਾ ਹੋ ਗਿਆ ਤੁਹਾਨੂੰ ਟ੍ਰੈਫਿਕ ਰੋਕੇ ਨੂੰ ਬਾਰ ਬਾਰ ਸਮਝਾ ਰਹੇ ਹਾਂ ਤੁਹਾਨੂੰ ਐਸ ਡੀ ਐਮ ਸਾਹਿਬ ਨੇ ਡਿਊਟੀ ਮਜਿਸਟਰੇਟ ਉੱਥੋਂ ਸੈਂਡ ਕਰ ਦਿੱਤਾ ਹੈਗਾ ਤੁਹਾਡੇ ਖਿਲਾਫ਼ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ ਮੈਂ ਤੁਹਾਨੂੰ ਕਹਿ ਰਿਹਾ ਹੈਗਾ ਡਿਸਪਰਸ ਹੋ ਜਾਓ ਬਾਰ ਬਾਰ ਕਹਿ ਰਿਹਾ ਡਿਸਪਰਸ ਹੋ ਜਾਓ ਜਿਹੜੇ ਬੰਦਿਆਂ ਦੀ ਸ਼ਰਾਬ ਪੀਤੀ ਹੈ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਹੋਏਗੀ ਦੁਬਾਰਾ ਬੇਨਤੀ ਕਰ ਰਿਹਾ ਤੁਹਾਨੂੰ ਮੈਂ ਜਲਾਲਾਬਾਦ ਦੇ ਵਿੱਚ ਮਾਸਕ ਨੂੰ ਲੈ ਕੇ ਹਾਈਵੇ ਤੇ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ ਜਦ ਪੰਜਾਬ ਪੁਲਿਸ ਦੇ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਬਿਨਾਂ ਮਾਸਕ ਤੋਂ ਰੋਕਿਆ ਗਿਆ ਜਿਸ ਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਲੇਡੀ ਪੁਲਿਸ ਕਾਂਸਟੇਬਲ ਨਾਲ ਬਦਤਮੀਜ਼ੀ ਕੀਤੀ ਗਈ ਲੇਡੀ ਪੁਲਿਸ ਕਾਂਸਟੇਬਲ ਦਾ ਹੱਥ ਫੜ ਕੇ ਉਸ ਨੂੰ ਧੱਕਾ ਮਾਰ ਦਿੱਤਾ ਗਿਆ ਦੂਸਰੇ ਪਾਸੇ ਜਲਾਲਾਬਾਦ ਟਾਟਾ ਐਸ ਯੂਨੀਅਨ ਦੇ ਵੱਲੋਂ ਪੁਲਿਸ ਤੇ ਸੰਗੀਨ ਆਰੋਪ ਲਗਾਏ ਜਾ ਰਹੇ ਹਨ ਯੂਨੀਅਨ ਮੈਂਬਰਾਂ ਮੁਤਾਬਕ ਉਹ ਪੁਲਿਸ ਦੇ ਨਾਲ ਚਲਾਨ ਨਾ ਕੱਟਣ ਬਾਰੇ ਗੱਲ ਕਰਨ ਆਏ ਸਨ ਪਰ ਪੁਲਿਸ ਦੇ ਵੱਲੋਂ ਉਹਨਾਂ ਤੇ ਡਾਂਗਾ ਚਲਾਈਆਂ ਗਈਆਂ ਅਤੇ ਉਹਨਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ ਤੇ ਮੋਟਰਸਾਈਕਲ ਆ ਰਹੇ ਸੀ ਅਸੀਂ ਇਸ਼ਾਰਾ ਕੀਤਾ ਰੋਕਣ ਦੀ ਰੋਕਿਆ ਨਹੀਂ ਉਹਨੇ ਫਿਰ ਮੈਂ ਅੱਗੋਂ ਹੋ ਗਈ ਰੋਕਿਆ ਰੋਕੇ ਅਤੇ ਫਿਰ ਉਹਨੂੰ ਰੋਕਿਆ ਉਹਨਾਂ ਤਿੰਨ ਜਣੇ ਸੀਗੇ ਸਾਰੇ ਉਹਨਾਂ ਮਾਸਕ ਨਹੀਂ ਲਾਏ ਸੀ ਤਿੰਨਾਂ ਨੇ ਅਤੇ ਜਿਹੜੇ ਇੱਕ ਚਲਾਉਣ ਵਾਲਾ ਸੀਗਾ ਉਹ ਨਹੀਂ ਬੋਲਿਆ ਜਿਹੜੇ ਪਿੱਛੇ ਕਿਸੇ ਦਾ ਉਹਨੇ ਡਰਿੰਕ ਕੀਤੀ ਹੋਈ ਸੀਗੀ ਉਹਨੇ ਮੇਰਾ ਹੱਥ ਜ਼ੋਰ 'ਤੇ ਫੜ ਕੇ ਐਂ ਮਾਰਿਆ ਅਤੇ ਕਹਿੰਦਾ ਮੈਂ ਕੋਈ ਗੱਲ ਨਹੀਂ ਅਸੀਂ ਐਸ ਐਚ ਨੂੰ ਫੋਨ ਕਰਨਾ ਕਹਿੰਦਾ ਕੋਈ ਨਹੀਂ ਮੈਂ ਫੋਨ ਐਸ ਐਚ ਨੂੰ ਕਰ ਲੈਂਦਾ ਮੈਂ ਕਹਿੰਦਾ ਜੀ ਅਸੀਂ ਐਸ ਐਚ ਨੂੰ ਫੋਨ ਕਰਕੇ ਖੁਦ ਹੀ ਬੁਲਾ ਲੈਂਦੇ ਅਸੀਂ ਐਸ ਐਚ ਨੂੰ ਬੁਲਾਇਆ ਸੀ ਉਹਦੇ ਕਾਰਨ ਸਾਰਾ ਮਸਲਾ ਵਧਿਆ ਹਾਂਜੀ ਕੁਛ ਕਰ ਜਾਮ ਲੱਗੇ ਇੱਥੇ ਹਾਂਜੀ ਫਿਰ ਇਹ ਐਸ ਐਚ ਦੇ ਆ ਕੇ ਗੱਲ ਵੀ ਪੈਣ ਵਰਦੀ ਨੂੰ ਹੱਥ ਪਾਇਆ ਇਹਨਾਂ ਵੀ ਕੀਤਾ ਬਹੁਤ ਠੀਕ ਹੈ ਸਾਡੀ ਲੜਕੀ ਦਾ ਮੈਨੂੰ ਕਾਂਸਟੇਬਲ ਦਾ ਤੋਂ ਕੋਈ ਨਾਕੇ ਦੇ ਉੱਤੇ ਕੋਈ ਬਦਤਮੀਜ਼ੀ ਕਰ ਰਿਹਾ ਹੈਗਾ ਉਹਨਾਂ ਨੇ ਮਾਸਕ ਨਾ ਪਾਇਆ ਹੋਣ ਕਰਕੇ ਰੋਕਿਆ ਸੀਗਾ ਉਹਨਾਂ ਨੂੰ ਰੋਕਣ 'ਤੇ ਉਹ ਲੜਕੇ ਨੇ ਕੋਈ ਸ਼ਰਾਬ ਪੀਤੀ ਹੋਈ ਕਹਿ ਰਹੇ ਹੈਗੇ ਆ ਸ਼ਰਾਬ ਪੀਤੀ ਸੀਗੀ ਅਤੇ ਉਹਨੇ ਲੜਕੀ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਉਹਦੇ 'ਤੇ ਉਹਨੂੰ ਰੋਕਿਆ ਗਿਆ ਮੌਕੇ 'ਤੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਧਰਨਾ ਲਗਾਤਾ ਇਹਨਾਂ ਨੂੰ ਵਾਰ ਵਾਰ ਵਾਰਨਿੰਗ ਦੇ ਦਿੱਤੀ ਹੈ ਮਾਣਯੋਗ ਐਸ ਡੀ ਐਮ ਸਾਹਿਬ ਨੂੰ ਡਿਊਟੀ ਅਫਸਰ ਭੇਜਣ ਦੇ ਲਈ ਕਹਿ ਦਿੱਤਾ ਹੈਗਾ ਤਾਂ ਕਿ ਧਰਨਾ ਜਿਹੜਾ ਇਹਨਾਂ ਨੇ ਰੋਡ ਬਲੋਕ ਕੀਤਾ ਉਹ ਭੁਲਾਇਆ ਜਾ ਸਕੇ ਮਾਣਯੋਗ ਸੀਨੀਅਰ ਅਫਸਰਾਂ ਦੇ ਮਸਲਾ ਧਿਆਨ 'ਚ ਲਿਆਂਦਾ ਜਾ ਸਕੇ ਸਰ ਕੀ ਲੇਡੀ ਕਾਂਸਟੇਬਲ ਨਾਲ ਵੀ ਬਦਤਮੀਜ਼ੀ ਕੀਤੀ ਗਈ ਹੈ ਲੜਕੀ ਕਹਿ ਰਹੀ ਹੈ ਅਜੇ ਅਸੀਂ ਮੌਕੇ 'ਤੇ ਹੀ ਹਾਂ ਲੜਕੀ ਨੇ ਮੈਨੂੰ ਬਿਆਨ ਕਿਹਾ ਹੈਗਾ ਜ਼ੁਬਾਨੀ ਤੌਰ 'ਤੇ ਦੱਸਿਆ ਹੈਗਾ ਕਿ ਸਰ ਮੈਂ ਇਹਨੂੰ ਰੋਕਿਆ ਅਤੇ ਇਹਨੇ ਮੇਰੀ ਬਾਂਹ ਪਕੜੀ ਸਰ ਇੱਕ ਕਰਫਿਊ ਵੀ ਲੱਗਿਆ ਧਾਰਾ 144 ਵੀ ਲੱਗੀ ਹੋਈ ਹੈ ਫਿਰ ਵੀ ਸਾਰੇ ਸ਼ਹਿਰ ਦੇ ਵਿੱਚ ਮਤਲਬ ਕਿ ਪੂਰੀ ਚਹਿਲ ਕਰਮੀ ਹੋਈ ਸ਼ਹਿਰ ਦੀ ਗੱਲ ਜਿਹੜੀ ਹੈ ਤੁਹਾਡੇ ਵਾਰਨਿੰਗ ਦੇਣ ਦੇ ਬਾਵਜੂਦ ਸ਼ਹਿਰ ਕੋਈ ਇੱਥੇ ਸੀਰੀਅਸ ਨਹੀਂ ਲੈ ਰਿਹਾ ਮੇਰੀ ਬੇਨਤੀ ਸੁਣੋ ਸ਼ਹਿਰ ਮੁਕੰਮਲ ਬੰਦ ਹੈ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਮੈਂ ਕਰਦਾ ਸ਼ਹਿਰ ਨੇ ਬਿਲਕੁਲ ਸਾਥ ਦਿੱਤਾ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਕਿ ਲੋਕਾਂ ਨੇ ਕੋਈ ਸ਼ਰਾਰਤੀ ਅਨਸਰਾਂ ਨੇ ਸ਼ਰਾਬ ਪੀਤੀ ਹੈ ਲੜਕੀ ਸਾਡੀ ਕਾਂਸਟੇਬਲ ਦੇ ਨਾਲ ਉਹਨੇ ਬਦਤਮੀਜ਼ੀ ਕੀਤੀ ਉਹਨੂੰ ਰੋਕਿਆ ਗਿਆ ਅਤੇ ਉਹਨੇ ਆਪਣੇ ਸ਼ਰਾਰਤੀ ਅਨਸਰਾਂ ਦੇ ਨਾਲ ਰਲ ਕੇ ਇੱਥੇ ਰੋਡ ਬਲੋਕ ਕਰ ਦਿੱਤਾ ਇਹਨਾਂ ਨੂੰ ਬਹੁਤ ਵਾਰ ਸਮਝਾ ਲਿਆ ਰੋਡ ਇਹ ਨਹੀਂ ਖੋਲ੍ਹ ਰਿਹਾ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਭੰਡਾਰੀ ਸਾਹਿਬ ਬਹੁਤ ਸਾਨੂੰ ਖਰਾਬ ਕਰ ਰਿਹਾ ਐਸਐਚਓ ਸਾਹਿਬ ਨਾ ਹੀ ਸਾਨੂੰ ਸਟੈਂਡ 'ਤੇ ਬਹਿ ਦਿੰਦਾ ਵੀ ਅੱਜ ਲੋਕਡਾਊਨ ਹੈ ਜੀ ਪਹਿਲਾਂ ਐਲ ਐਮ ਸਾਹਿਬ ਦੀ ਕੋਈ ਗੱਲ ਨਹੀਂ ਸੁਣ ਰਹੇ ਇਹਨਾਂ ਦਾ ਬੰਦਾ ਹੈ ਖਾਸ ਇਹਨਾਂ ਦੀ ਕੋਈ ਖਾਸ ਨਹੀਂ ਸੁਣ ਰਿਹਾ ਪਬਲਿਕ ਦੀ ਗੱਲ ਸੁਣੋ ਐਸ ਐਸ ਐਮ ਐਲ ਏ ਸਾਹਿਬ ਨੂੰ ਕਹਿਣਾ ਚਾਹੀਦਾ ਨੌਕਰ ਕਿਸੇ ਦੇ ਨੌਕਰ ਨੇ ਪਬਲਿਕ ਨੌਕਰ ਪਬਲਿਕ ਗੱਲ ਦੀ ਨੂੰ ਪਬਲਿਕ ਦੀ ਬਣੀ ਜਾ ਕੇ ਇੱਥੇ ਸਾਡੇ ਨੌਕਰ ਚਲਾ ਮਿਲਦੀ ਹੈ ਪਰ ਇਹ ਕਿਸੇ ਗੱਲ ਸੁਣ ਰਿਹਾ ਹਾਂ ਪਬਲਿਕ ਥਾਣੇ ਇਹ ਪਬਲਿਕ ਨੌਕਰ ਐਸ ਸਭ ਇਹ ਲੱਗਿਆ ਇਹਦਾ ਇਹ ਕਿਸੇ ਦੇ ਨੌਕਰ ਨਹੀਂ ਪਬਲਿਕ ਨੌਕਰ ਇਹ ਪਬਲਿਕ ਗੱਲ ਸੁਣੀ ਚਾਹੀਦੀ ਥੋੜ੍ਹਾ ਪਬਲਿਕ ਦੇ ਨੌਕਰ ਗੱਲ ਸੁਣ ਕੇ ਡਾਂਗਾ ਮਾਰਿਆ ਕੋਈ ਮਰਸਾਦ ਕਰਾ ਦੇ ਆਣ ਕੇ ਮਾਮਲਾ ਜਾਮ ਕੀ ਲਾਇਆ ਸਾਡੇ ਆ ਰਹੇ ਸੀ ਗੱਡੀ ਦੇ ਡਰਾਈਵਰ ਮੋਟਰਸਾਈਕਲ ਦੇ ਬਾਈਕ 'ਤੇ
तो कहते प्रधान जी थोड़ी गड्डी रोक लीए तो मैं क्या सोचो साहब इतने आ मैं क्या साहब साढ़े आते मा बाइक है तुम यही रोक रहे हो सू आप लोगल अभी बंगार देने तुम इन डी सी साहब एस एस पी बंगार अभी आप लोगल खुद करते हैं अच्छ मसला की है अच्छ मसला है कि साढ़े चलान लोगों चलान करते उतो डांग मारती मुलायम ने धर्मवाल तो पर असि इन्हों नहीं बख्शा मामला इसे गल तो बंदे आ रहे थे चलान करा मैं जी चलान असि लोकल बंदे चलो आ रहे ने घर जा रहे हैं उदो क्यों चलान कर दो तो उस गल बहस हो गई है मांग करने भी एस एस ओ पहले जाए इतों तो बहुत सू परेशान कर रहे थे सा फोन ही खोल लिया उन्होंने पग लिखे साडियो पग लाई उन्होंने सबूत मटान पिछे फोन खोल गया जगजीत जगदीश जगजीत सिंह जगदीश सिंह है जगदीश है बलकार है फोन खोया सताई हजार का फोन खोल गया फोन है ही नहीं को जगजीत सिंह ने सारे हाँ जी फोन खोया गया सताई हजार का फोन है कह रहे कि फोन है नहीं गा ਸਾਡੇ ਨਾ ਕਿਸੇ ਮੁੰਡੇ ਨੂੰ ਰੋਕਿਆ ਗਿਆ ਸੀ ਮੋਟਰਸਾਈਕਲ 'ਤੇ ਉਹਦੇ ਮਾਸਕ ਨਹੀਂ ਲੱਗਿਆ ਹੋਇਆ ਸੀਗਾ ਉਹ ਗੱਲ ਬਾਤ ਹੋਈ ਉਹਨਾਂ ਨੇ ਸਾਨੂੰ ਫੋਨ ਕੀਤਾ ਯੂਨੀਅਨ ਦੇ ਪ੍ਰਧਾਨ ਅਸੀਂ ਟਾੜਾ ਏਜ ਯੂਨੀਅਨ ਦੇ ਪ੍ਰਧਾਨ ਟਾੜਾ ਏਜ ਯੂਨੀਅਨ ਦੇ ਸਾਰੇ ਮੈਂਬਰ ਆਏ ਹਾਂ ਇੱਥੇ ਗੱਲ ਕਰਨ ਵਾਸਤੇ ਠੀਕ ਹੈ ਜੀ ਗੱਲ ਕਰਨ ਆਏ ਹਾਂ ਉਹਨਾਂ ਨੇ ਕੋਈ ਗੱਲ ਨਹੀਂ ਸਾਡੀ ਸੁਣੀ ਉਹ ਕਹਿੰਦੇ ਜੀ ਮੁੰਡਿਆਂ ਨੇ ਮਾਸਕ ਨਹੀਂ ਲੱਗਿਆ ਹੋਇਆ ਸੀ ਆਹ ਗੱਲ ਉਹ ਕਹਿੰਦੇ ਅਸੀਂ ਸਾਰਾ ਕੁਝ ਕਰਦੇ ਹਾਂ ਪੁਲਿਸ ਚਲੋ ਕੋਈ ਗੱਲ ਨਹੀਂ ਸਾਡੇ ਪ੍ਰਧਾਨ ਜੀ ਆਏ ਨੇ ਉਹਨਾਂ ਨੇ ਮਾਫੀ ਵੀ ਮੰਗੀ ਹੱਥ ਜੋੜ ਕੇ ਲੇਡੀਜ਼ ਪੁਲਿਸ ਹੈਗੀ ਸੀ ਉਹਨਾਂ ਨੇ ਮਾਫੀ ਮੰਗੀ ਮੈਂ ਵੀ ਆ ਕੇ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਸਿਸਟਰ ਕੁਝ ਗੱਲ ਹੋਈ ਹੈ ਆਪਾਂ ਲੱਗ ਰਹੇ ਨੇ ਕਿ ਹੱਥ ਫੜਿਆ ਗਿਆ ਲੇਡੀਜ਼ ਦਾ ਕੋਈ ਹੱਥ ਨਹੀਂ ਫੜਿਆ ਗਿਆ ਸਰ ਐਵੇਂ ਪੁਲਿਸ ਦੇ ਝੂਠੇ ਇਲਜ਼ਾਮ ਨੇ ਪੁਲਿਸ ਹਮੇਸ਼ਾ ਝੂਠੇ ਇਲਜ਼ਾਮ ਹੀ ਲਾਉਂਦੀ ਹੈ ਇੰਨੀ ਨੌਬਤ ਕਿਉਂ ਆ ਗਈ ਜੀ ਸਰ ਨੌਬਤ ਇਸ ਗੱਲ ਦੀ ਆਈ ਹੈ ਕਿ ਉਹਨਾਂ ਦਾ ਮੋਟਰਸਾਈਕਲ ਰੋਕਿਆ ਗਿਆ ਚਲਾਨ ਕੱਟਣਾ ਚਾਹੁੰਦੇ ਸੀ ਮੋਟਰਸਾਈਕਲ ਬੋਰਡ ਕਰਨਾ ਚਾਹੁੰਦੇ ਸੀ ਮੋਟਰਸਾਈਕਲ ਸੀ ਟਾੜਾ ਏਜ ਯੂਨੀਅਨ ਦੇ ਕਿਸੇ ਵਰਕਰ ਦਾ ਠੀਕ ਹੈ ਜੀ ਹੁਣ ਟਾੜਾ ਏਜ ਵਰਕਰ ਹਮੇਸ਼ਾ ਜਮਾਨਤਾ ਬੰਗਾਰਾ ਵੀ ਦਿੰਦੀ ਹੈ ਪੰਜਾਬ ਇੱਥੇ ਜਲਾਲਾਬਾਦ ਸਿਟੀ ਨੂੰ ਦਿੰਦੀ ਹੈ ਸਦਰ ਨੂੰ ਦਿੰਦੀ ਹੈ ਫਾਜ਼ਿਲਕਾ ਤੱਕ ਦਿੰਦੀ ਹੈ ਅਸੀਂ ਗੱਲ ਕਰਨ ਆਏ ਸੀ ਸਿਰਫ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਗਦੀਸ਼ ਕੁਮਾਰ ਜੀ ਇਹਦੇ 'ਤੇ ਡੀ ਐੱਸ ਆਈ ਆਪਣੇ ਟ੍ਰੈਫਿਕ ਪੁਲਿਸ ਦੇ ਇੰਚਾਰਜ